ਗੋਲਡੀ ਕੰਬੋਜ ਵੀ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਣ ਪਹੁੰਚੇ ਨੇ। ਗੋਲਡੀ ਜੀ, ਜਿਹੜੇ ਜਿਨ ਧਨਾਟ ਜਿਹੜੇ ਲੀਡਰ ਸੀਗੇ ਜਿਨ੍ਹਾਂ ਨੂੰ ਤੁਸੀਂ ਹਰਾ ਕੇ ਇੱਥੇ ਪਹੁੰਚੇ, ਉਹ ਲੀਡਰਸ ਨੇ ਕਦੇ ਲੱਗਦਾ ਸਰਕਾਰ ਬਣਦੀ 25,000 ਨੌਕਰੀਆਂ ਜਾਂ ਉਹ ਜਿਹਾ ਕੋਈ ਉਪਰਾਲਾ ਕਦੇ ਕੀਤਾ ਆਪਣੀ ਸਰਕਾਰ ਦੇ ਵਿੱਚ? ਵੇਖੋ, ਉਹ ਤਾਂ ਸਿਰਫ ਆਪਦੇ ਕਰਿੰਦਿਆਂ ਨੂੰ ਦੇ ਸਕਦੇ ਸੀ, ਪਰ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਵੀ ਆਮ ਆਦਮੀ ਪਾਰਟੀ ਬਹੁਤ ਬਦਲਾਵ ਕਰ ਸਕਦੀ ਹੈ, ਸੋ ਬਦਲਾਵ ਨੂੰ ਮੁਬਾਰਕਾਂ, ਪਹਿਲਾ ਬਦਲਾਵ ਸਟਾਰਟ ਹੋ ਗਿਆ ਅਤੇ ਪੰਜਾਬ ਦੇ ਵਿੱਚ ਤਰੱਕੀ ਦੀ ਰਾਹ 'ਤੇ। ਇੱਕ ਜਿਹੜੀ ਮਾਨ ਬ੍ਰਿਗੇਡ ਬਣੀ ਆ, ਉਸ ਮਾਨ ਬ੍ਰਿਗੇਡ ਦੇ ਵਿੱਚ ਵੀ ਜਿਹੜੀ ਕੈਬਨਿਟ ਮੈਂਬਰਸ ਬਣੇ ਆ ਅਤੇ ਨਾਲ ਦੇ ਨਾਲ ਵਿਧਾਨ ਸਭਾ ਦੇ ਵਿੱਚ ਵੀ ਯੰਗ ਚਿਹਰੇ ਬਹੁਤ ਵੇਖਣ ਨੂੰ ਮਿਲ ਰਹੇ ਆ, ਤੁਸੀਂ ਵੀ ਹੋ, ਉਮੀਦ ਹੈ ਰਹੇ, ਸਾਰੇ ਯੰਗ ਲੀਡਰਸ ਹੈ, ਇਹਦਾ ਕੀ ਇੱਕ ਮੈਸੇਜ ਜਿਹੜਾ ਕਿ ਉਹ ਜਾਣਾ ਚਾਹੀਦਾ, ਕੀ ਬਦਲਾਅ ਦੀ ਲਹਿਰ ਹੈ? ਵੇਖੋ, ਨਵਾਂ ਬੰਦਾ ਬਹੁਤ ਕੁਛ ਲੈ ਕੇ ਆਉਂਦਾ ਅਤੇ ਬਹੁਤ ਕੁਛ ਉਹਨਾਂ ਤੋਂ ਸਿੱਖਣ ਨੂੰ ਮਿਲਦਾ, ਸੋ ਇਸ ਕਰਕੇ ਬਹੁਤ ਚੰਗਾ ਰਿਜ਼ਲਟ ਆਉਣ ਵਾਲਾ, ਚੰਗੀ ਕੈਬਨਿਟ ਬਣੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦ ਹੈ ਇਸ ਕੈਬਨਿਟ ਤੋਂ ਅਤੇ ਮੁੱਖ ਮੰਤਰੀ ਸਾਹਿਬ ਤੋਂ। ਪੰਜਾਬ ਦੇ ਰਾਜ ਸਭਾ ਦੇ ਉੱਤੇ ਵੀ ਅੱਜ ਚਰਚਾ ਕੀਤੀ ਜਾ ਸਕਦੀ ਹੈ, ਤੇ ਕਿਉਂ ਨਾ ਕਰਾਂਗੇ, ਰਾਜ ਸਭਾ ਮੈਂਬਰ ਅਸੀਂ ਬਣਾਉਣੇ ਆ, ਕਰਾਂਗੇ, ਹੋਰ ਕਿਉਂ ਨਾ ਕਰੂਗਾ। ਤੁਹਾਨੂੰ ਕਦੋਂ ਵੇਖ ਸਕਦਾ ਕੈਬਨਿਟ ਮੈਂਬਰਸ ਦੀ ਲਿਸਟ ਦੇ ਵਿੱਚ? ਯਾਰ ਇੰਨਾ ਬੋਝ ਨਾ ਪਾਓ, ਆਪਾਂ MLA ਬਣ ਕੇ ਬਹੁਤ ਖੁਸ਼ ਹਾਂ, ਬਾਬਾ ਜੀ ਨੇ ਬਹੁਤ ਕਿਰਪਾ ਕਰੀ, ਪਾਰਟੀ ਨੇ ਬਹੁਤ ਮਸਨ ਕਰ ਦਿੱਤਾ। ਥੈਂਕ ਯੂ। ਕੈਮਰਾਮੈਨ ਧਰਮਵੀਰ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ।